ਸ਼ਸ਼ੀ ਗਾਲ ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਨੈਚਰ ਫਾਰਮ ਐਪ ਜੋ ਕਿ ਯੂਪੀਐਲ ਕੰਪਨੀ ਦੇ ਵੱਲੋਂ ਖਾਸ ਕਿਸਾਨ ਵੀਰਾਂ ਲਈ ਤਿਆਰ ਕੀਤਾ ਗਿਆ ਹੈ ਇਸ ਐਪ ਦੇ ਵਿੱਚ ਅਸੀਂ ਅਕਾਊਂਟ ਕਿਵੇਂ ਤਿਆਰ ਕਰਦੇ ਹਾਂ ਇਸ ਤੋਂ ਇਲਾਵਾ ਜੋ ਇਸ ਦੇ ਵਿੱਚ ਨਵੇਂ ਫੀਚਰ ਐਡ ਹੋਏ ਹਨ ਉਹਨਾਂ ਦਾ ਕਿਸਾਨ ਵੀਰਾਂ ਨੂੰ ਕੀ ਫਾਇਦਾ ਹੈ ਅਸੀਂ ਇਸ ਦੇ ਉੱਪਰ ਸਪਰੇਅ ਦੀ ਬੁਕਿੰਗ ਤੋਂ ਲੈ ਕੇ ਜਿਹੜੀਆਂ ਅਸੀਂ ਸਪਰੇਅਾਂ ਖਰੀਦਦੇ ਹਾਂ ਉਹਨਾਂ ਦੇ ਉੱਪਰ ਅਸੀਂ ਪੁਆਇੰਟ ਕਿਵੇਂ ਕਮਾਉਂਦੇ ਹਾਂ ਤੇ ਉਹਨਾਂ ਪੁਆਇੰਟ ਨੂੰ ਪੈਸੇ ਦੇ ਵਿੱਚ ਕਿਵੇਂ ਤਬਦੀਲ ਕਰਦੇ ਹਾਂ ਸਾਰੀ ਡਿਟੇਲ ਦੇ ਵਿੱਚ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਤੇ ਤੁਹਾਨੂੰ ਪ੍ਰੂਫ ਵੀ ਐਂਡ ਦੇ ਵਿੱਚ ਦਿਖਾਵਾਂਗੇ ਕਿ ਮੈਂ ਵੀ ਇਸ ਤੋਂ ਜੋ ਅਰਨਿੰਗ ਕੀਤੀ ਹੈ ਉਸ ਨੂੰ ਬੈਂਕ ਦੇ ਵਿੱਚ ਕਿੰਨੇ ਵਾਰੀ ਕਢਾਇਆ ਸਭ ਪ੍ਰੂਫ ਤੁਹਾਨੂੰ ਇਸ ਵੀਡੀਓ ਚ ਦਿਖਾਏ ਜਾਣਗੇ ਤਾਂ ਦੋਸਤੋ ਸ਼ੁਰੂਆਤ ਕਰ ਦਾਂਗਾ ਮੈਂ ਆਪਣੇ ਫੋਨ ਦੀ ਸਕਰੀਨ ਰਿਕਾਰਡਿੰਗ ਤੋਂ ਤਾਂ ਦੋਸਤੋ ਸ਼ੁਰੂਆਤ ਕਰਦਾ ਮੈਂ ਇਸ ਐਪ ਦੇ ਬੈਨੀਫਿਟਸ ਤੋਂ ਇਸ ਐਪ ਤੋਂ ਕਿਸਾਨ ਭਰਾਵਾਂ ਨੂੰ ਕੀ ਬੈਨੀਫਿਟ ਮਿਲਦੇ ਹਨ ਉਹਨਾਂ ਤੋਂ ਸ਼ੁਰੂਆਤ ਕਰਦੇ ਹਾਂ ਦੋਸਤੋ ਇਸ ਐਪ ਦਾ ਜੋ ਪਹਿਲਾ ਮੇਨ ਫੀਚਰ ਹੈ ਉਹ ਹੈ ਜੀ ਸਕੈਨ ਐਂਡ ਅਰਨ ਪੁਆਇੰਟ ਇਸ ਫੀਚਰ ਦੇ ਮੁਤਾਬਕ ਤੁਸੀਂ ਜੋ ਯੂਪੀਐਲ ਕੰਪਨੀ ਦੇ ਹਰਬੀ ਸਾਈਡ ਪੈਸਟੀਸਾਈਡ ਇਨਸੈਕਟੀਸਾਈਡ ਖਰੀਦਦੇ ਹਾਂ ਜਿਵੇਂ ਐਗਜ਼ੈਂਪਲ ਦੀ ਤੌਰ ਤੇ ਪੂਲਾਲਾ ਅਤੇ ਟੋਟਲ ਇਹਨਾਂ ਪ੍ਰੋਡਕਟ ਦੇ ਮਗਰ ਇੱਕ ਬਾਰ ਕੋਡ ਬਣਿਆ ਹੁੰਦਾ ਹੈ ਜੋ ਕਿ ਅਸੀਂ ਇਸ ਫੀਚਰ ਦੇ ਅੰਡਰ ਸਕੈਨ ਕਰ ਲਈਏ ਤਾਂ ਸਾਨੂੰ ਕੁਝ ਪੁਆਇੰਟ ਬਦਲੇ ਦੇ ਵਿੱਚ ਦਿੱਤੇ ਜਾਂਦੇ ਹਨ ਜਿੰਨਾ ਪੁਆਇੰਟ ਇਹਨਾਂ ਪੁਆਇੰਟ ਦਾ ਸਾਨੂੰ ਬਹੁਤ ਹੀ ਫਾਇਦੇ ਹਨ ਪਹਿਲਾ ਫਾਇਦਾ ਇਹ ਹੈ ਜੀ ਅਸੀਂ ਇਹਨਾਂ ਦਾ ਜੇਕਰ ਇਹਨਾਂ ਪੁਆਇੰਟ ਦਾ ਅੱਧ ਕਰੀਏ ਜਿਵੇਂ 100 ਰੁਪਏ 100 ਪੁਆਇੰਟ ਅਸੀਂ ਇਸ ਐਪ ਦੀ ਮੰਦ ਨਾਲ ਕਮਾਇਆ ਤਾਂ ਉਹਨਾਂ ਦਾ ਅੱਧ ਕਰ ਲਈ ਤਾਂ ਅਸੀਂ 50 ਰੁਪਏ ਬੈਂਕ ਦੇ ਵਿੱਚ ਟ੍ਰਾਂਸਫਰ ਕਰ ਸਕਦੇ ਹਾਂ ਅਤੇ ਇਹ ਬਿਲਕੁਲ ਸਹੀ ਹੈ ਮੈਂ ਵੀ ਕਰਕੇ ਦੇਖਿਆ ਹੈ ਦੂਜਾ ਫੀਚਰ ਇਹਨਾਂ ਪੁਆਇੰਟ ਦਾ ਇਹ ਹੈ ਕਿ ਇਸ ਐਪ ਦਾ ਦੂਜਾ ਫੀਚਰ ਅਸੀਂ ਇਹਨਾਂ ਪੁਆਇੰਟ ਦੀ ਮਦਦ ਨਾਲ ਚਲਾ ਸਕਦੇ ਹਾਂ ਜੋ ਕਿ ਹੈ ਸਪਰੇਅ ਸਰਵਿਸ ਦੋਸਤੋ ਅਸੀਂ ਆਪਣੇ ਜਿੱਕਰ ਖੇਤ ਦੇ ਵਿੱਚ ਕੋਈ ਅਜੀਹੀ ਫਸਲ ਲੱਗੀ ਹੈ ਜਿਸ ਦੇ ਉੱਪਰ ਸਪਰੇਅ ਕਰਨ ਵਿੱਚ ਟਾਈਮ ਲੱਗਦਾ ਹੈ ਤਾਂ ਅਸੀਂ ਇਹਨਾਂ ਦੀ ਕੰਪਨੀ ਦੇ ਵੱਲੋਂ ਜੋ ਸਪਰੇਅ ਵਾਲੀ ਮਸ਼ੀਨ ਹੁੰਦੀ ਹੈ ਉਸ ਦੇ ਨਾਲ ਸਪਰੇਅ ਕਰਵਾ ਸਕਦੇ ਹਾਂ 1 ਏਕੜ ਮੰਗਰ 100 ਰੁਪਏ ਲੱਗਦਾ ਹੈ ਅਤੇ ਇਸ ਦੀ ਬੁਕਿੰਗ ਕਰਾਉਣ ਲਈ ਤੁਹਾਨੂੰ ਇਹ ਪੁਆਇੰਟ ਦੇਨੇ ਪੈਂਦੇ ਹਨ ਅਤੇ ਇਹ ਇਸ ਐਪ ਦਾ ਦੂਜਾ ਫੀਚਰ ਹੈ ਤੇ ਹੋਰ ਫੀਚਰਾਂ ਦੀ ਗੱਲ ਕਰੀਏ ਤਾਂ ਕਿਸਾਨ ਵੀਰ ਘਰ ਬੈਠੇ ਮੌਸਮ ਬਾਰੇ ਜਾਣਕਾਰੀ ਇਸ ਐਪ ਦੇ ਮਦਦ ਨਾਲ ਲੈ ਸਕਦੇ ਹਨ ਮੰਡੀਆਂ ਦੇ ਵਿੱਚ ਫਸਲ ਦਾ ਕੀ ਭਾਅ ਚੱਲ ਰਿਹਾ ਹੈ ਉਹ ਘਰ ਬੈਠੇ ਜਾਣ ਸਕਦੇ ਹਨ ਅਤੇ ਕ੍ਰੌਪ ਦੇ ਬਾਰੇ ਜੋ ਵੀ ਤੁਸੀਂ ਆਪਣੀ ਇਸ ਐਪ ਦੇ ਵਿੱਚ ਫਸਲ ਭਰੋਗੇ ਉਸ ਬਾਰੇ ਐਡਵਾਈਜ਼ਰੀ ਵੀ ਪ੍ਰਾਪਤ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਕੀ ਕਰਨਾ ਹੈ ਫਸਲ ਨੂੰ ਕਿਹੜੀ ਖਾਦ ਦੀ ਲੋੜ ਹੈ ਕਿਹੜੀ ਸਪਰੇਅ ਦੀ ਜ਼ਰੂਰਤ ਹੈ ਇਹ ਸਾਰੀ ਚੀਜ਼ਾਂ ਇਸ ਕ੍ਰੌਪ ਐਡਵਾਈਜ਼ਰੀ ਫੀਚਰ ਦੇ ਵਿੱਚ ਦਿੱਤੀਆਂ ਜਾਂਦੀਆਂ ਹਨ ਅਤੇ ਦੋਸਤੋ ਇਹ ਇਸ ਐਪ ਦੇ ਪੰਜ ਮੇਨ ਫੀਚਰ ਹਨ ਇਸ ਤੋਂ ਇਲਾਵਾ ਦੋਸਤੋ ਹੁਣ ਗੱਲ ਕਰਦੇ ਹਾਂ ਕਿ ਅਸੀਂ ਇਸ ਐਪ ਦੇ ਉੱਪਰ ਪਹਿਲੀ ਵਾਰ ਅਕਾਊਂਟ ਕਿਵੇਂ ਬਣਾਉਣਾ ਹੈ ਦੋਸਤੋ ਇਸ ਐਪ ਦੇ ਵਿੱਚ ਆਪਣਾ ਅਕਾਊਂਟ ਬਣਾਉਣਾ ਬਹੁਤ ਹੀ ਸੌਖਾ ਹੈ ਜਿਵੇਂ ਕਿ ਮੈਂ ਸਕਰੀਨ ਰਿਕਾਰਡਿੰਗ ਵਿੱਚ ਤੁਹਾਨੂੰ ਦਿਖਾ ਰਿਹਾ ਹਾਂ ਤੁਸੀਂ ਇਸ ਪ੍ਰਕਾਰ ਇਸ ਦੇ ਉੱਪਰ ਆਪਣਾ ਅਕਾਊਂਟ ਤਿਆਰ ਕਰ ਸਕਦੇ ਹੋ ਅਕਾਊਂਟ ਤਿਆਰ ਕਰਨ ਲਈ ਤੁਸੀਂ ਜਿਵੇਂ ਇਸ ਨੂੰ ਇੰਸਟਾਲ ਕਰਕੇ ਓਪਨ ਕਰੋਗੇ ਤਾਂ ਪਹਿਲੀ ਜੋ ਡੱਬੀ ਆਪੀ ਕਿ ਉਸ ਦੇ ਵਿੱਚ ਆਪਣਾ ਨੰਬਰ ਭਰ ਕੇ ਸਬਮਿਟ ਕਰੋਗੇ ਤਾਂ ਉਸ ਤੋਂ ਬਾਅਦ OTP ਆ ਜਾਵੇਗੀ OTP ਭਰਨ ਤੋਂ ਬਾਅਦ ਸਬਮਿਟ ਕਰੋਗੇ ਤਾਂ ਤੁਸੀਂ ਇਸ ਐਪ ਦੇ ਵਿੱਚ ਰਜਿਸਟਰ ਹੋ ਜਾਓਗੇ ਅਤੇ ਤੁਹਾਨੂੰ ਬਦਲੇ ਦੇ ਵਿੱਚ 50 ਪੁਆਇੰਟ ਮਿਲਣਗੇ ਉਸ ਤੋਂ ਬਾਅਦ ਵਾਲਾ ਜੋ ਸਟੈਪ ਹੈ ਜੀ ਉਸ ਮੁਤਾਬਿਕ ਸਾਨੂੰ ਇਸ ਦੇ ਵਿੱਚ ਆਪਣੀ ਡਿਟੇਲ ਭਰਨੀ ਹੋਵੇਗੀ ਡਿਟੇਲ ਭਰ ਲਈ ਆ ਜੋ ਆਪਣਾ ਫੇਸ ਵਾਲਾ ਆਈਕਨ ਹੈ ਇਸ ਦੇ ਉੱਪਰ ਤੁਸੀਂ ਕਲਿੱਕ ਕਰ ਲੈਣਾ ਹੈ ਇੱਥੇ ਆਪਣੀ ਡਿਟੇਲ ਭਰਨੀ ਹੈ ਜੀ ਪਹਿਲੀ ਡੱਬੀ ਦੇ ਵਿੱਚ ਤੁਸੀਂ ਆਪਣਾ ਨਾਮ ਭਰ ਦੇਣਾ ਹੈ ਜਿਵੇਂ ਕਿ ਮੈਂ ਭਰਿਆ ਹੋਇਆ ਉਸ ਤੋਂ ਬਾਅਦ ਦੋਸਤੋ hecto ਆਓ ਅਤੇ ਜਿੱਥੇ ਆ ਐਡ ਫਾਰਮ ਲਿਖਿਆ ਹੈ ਜੀ ਇੱਥੇ ਤੁਸੀਂ ਡਿਟੇਲ ਭਰਨੀ ਹੈ ਆਪਣੇ ਫਾਰਮ ਦੇ ਬਾਰੇ ਇਸ ਦੇ ਤੁਹਾਨੂੰ ਅਲੱਗ ਤੋਂ ਪੁਆਇੰਟ ਦਿੱਤੇ ਜਾਣਗੇ ਇਸ ਲਈ ਇਸ ਨੂੰ ਇਸ ਡੱਬੀ ਨੂੰ ਜਰੂਰ ਭਰਿਓ ਇਸ ਡੱਬੀ ਦੇ ਵਿੱਚ ਪਹਿਲਾਂ ਤੁਸੀਂ ਆਪਣੇ ਫਾਰਮ ਦਾ ਨੇਮ ਭਰਨਾ ਹੈ ਜੀ ਫਿਰ ਤੁਸੀਂ ਤੁਹਾਡੀ ਕਿੰਨੀ ਕਿੱਲੇ ਜ਼ਮੀਨ ਹੈ ਉਹ hecto ਭਰ ਦੇਣੀ ਹੈ ਉਸ ਜ਼ਮੀਨ ਦੇ ਵਿੱਚ ਕਿਹੜੀ ਕਿਹੜੀ ਤੁਸੀਂ ਫਸਲ ਲਗਾਈ ਹੈ ਉਹ ਭਰਿਓ ਜੀ ਅਤੇ ਇੱਥੇ ਸੋਇੰਗ ਟਾਈਮ ਜ਼ਰੂਰ ਭਰ ਦਿਓ ਕਿਉਂਕਿ ਜੋ ਕ੍ਰੌਪ アドਵਾਈਜ਼ਰੀ ਵਾਲੀ ਫੀਚਰ ਸੀ ਉਹ ਇਸ 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 ਡਾਟਾ ਦੇ ਅਕੋਰਡਿੰਗ ਹੀ ਚੱਲਣਾ ਹੈ ਅਤੇ ਇਹਾਠਾਂ ਕਿਹੜੀ ਸੋਇਲ ਦੇ ਵਿੱਚ ਤੁਸੀਂ ਇਹ ਫਸਲ ਬੀਜੀ ਹੈ ਇਹ ਜ਼ਰੂਰ ਭਰਿਓ ਅਤੇ ਪਾਣੀ ਦਾ ਸੋਰਸ ਕੀ ਹੈ ਕਿਹੜੇ ਕਿਹੜਾ ਪਾਣੀ ਤੁਸੀਂ ਉਸ ਫਸਲ ਨੂੰ ਲਗਾ ਰਹੇ ਹੋ ਉਸ ਦੇ ਬਾਰੇ ਵੀ ਜਾਣਕਾਰੀ ਜ਼ਰੂਰ ਦਿਓ ਅਤੇ ਆਖਰੀ ਸਟੈਪ ਉਹ ਹੈ ਜੀ ਆਪਣੇ ਫਾਰਮ ਦੀ ਲੋਕੇਸ਼ਨ ਲੋਕੇਸ਼ਨ ਔਨ ਕਰਨ ਲਈ ਤੁਹਾਨੂੰ ਆਪਣੇ ਐਪ ਦੀ ਜੋ ਲੋਕੇਸ਼ਨ ਵਾਲਾ ਆਈਕਨ ਹੁੰਦਾ ਉਸ ਨੂੰ ਔਨ ਕਰਨਾ ਪਵੇਗਾ ਤੇ ਇੱਥੇ ਆਪਣੀ ਲੋਕੇਸ਼ਨ ਭਰ ਦੇਣੀ ਜੀ ਇਹ ਸਭ ਕਰਨ ਤੋਂ ਬਾਅਦ ਇਸ ਨੂੰ ਸੇਵ ਕਰ ਦੇਣਾ ਹੈ ਸੇਵ ਕਰਨ ਤੋਂ ਬਾਅਦ ਦੋਸਤੋ ਤੁਸੀਂ ਆਪਣਾ ਫਾਰਮ ਇਸ ਐਪ ਦੇ ਵਿੱਚ ਐਡ ਕਰ ਲਿਆ ਜੀ ਅਤੇ ਇਸ ਦੇ ਬਦਲੇ 'ਚ ਤੁਹਾਨੂੰ 50 ਪੁਆਇੰਟ ਦਿੱਤੇ ਜਾਣਗੇ ਅਤੇ ਦੋਸਤੋ ਇਸ ਤੋਂ ਬਾਅਦ ਤੁਸੀਂ ਆਪਣਾ ਇਸ ਦੇ ਵਿੱਚ ਬੈਂਕ ਅਕਾਊਂਟ ਦੇਣਾਗਾ ਬੈਂਕ ਅਕਾਊਂਟ ਦੇਣ ਲਈ ਤੁਸੀਂ ਆਹ ਵਾਲੀ ਡੱਬੀ ਤੇ ਕਲਿੱਕ ਕਰ ਲੈਣਾ ਹੈ ਮਾਈ ਬੈਂਕ ਡਿਟੇਲ ਇਸ ਦੇ ਵਿੱਚ ਆਪਣੀ ਬੈਂਕ ਦਾ ਅਕਾਊਂਟ ਨੰਬਰ ਆਈਐਫਸੀ ਕੋਡ ਇਹ ਭਰ ਦੇਣਾ ਜੀ ਤੇ ਇਸ ਦੇ ਨਾਲ ਤੁਹਾਨੂੰ 100 ਪੁਆਇੰਟ ਹੋਰ ਦਿੱਤੇ ਜਾਣਗੇ ਇਸ ਨਾਲ ਤੁਸੀਂ ਆਪਣੇ ਜੋ ਅਰਨਿੰਗ ਜੋ ਜੋ ਇਸ ਦੇ ਉੱਪਰ ਪੁਆਇੰਟ ਬਣਾਓਗੇ ਉਹ ਬੈਂਕ ਦੇ ਵਿੱਚ ਟਰਾਂਸਫਰ ਕਰ ਸਕਦੇ ਹੋ ਹੁਣ ਮੈਂ ਤੁਹਾਨੂੰ ਆਪਣੇ ਜੋ ਪ੍ਰੂਫ ਹਨ ਉਹ ਦਿਖਾਉਣਾ ਜੀ ਤਾਂ ਸਟਾਰਟਿੰਗ ਜਦੋਂ ਮੈਂ ਇਸ ਐਪ ਤੋਂ ਕੀਤੀ ਸੀ ਤਾਂ ਤੁਸੀਂ ਦੇਖੋ ਜੀ ਜਦੋਂ ਮੈਂ ਇਸ ਐਪ ਦੇ ਵਿੱਚ ਰਜਿਸਟਰਡ ਹੋਇਆ ਤਾਂ ਮੈਨੂੰ 50 ਪੁਆਇੰਟ ਮਿਲੇ ਜਿਵੇਂ ਮੈਂ ਇਸ ਦੇ ਵਿੱਚ ਆਪਣੀ ਪ੍ਰੋਫਾਈਲ ਭਰੀ ਆਪਣਾ ਨਾਮ ਭਰਿਆ ਆਪਣਾ ਫਾਰਮ ਭਰਿਆ ਤਾਂ ਮੈਨੂੰ ਉਸਦੇ 50 ਪੁਆਇੰਟ ਮਿਲੇ ਫਿਰ ਬੈਂਕ ਅਕਾਊਂਟ ਐਡ ਕੀਤਾ ਉਸਦੇ 100 ਪੁਆਇੰਟ ਮਿਲੇ ਇਸ ਤੋਂ ਬਾਅਦ ਦੋਸਤੋ ਤੁਹਾਨੂੰ ਇਹ ਪੈਸੇ ਕਢਾਉਣ ਲਈ ਤੁਹਾਡਾ ਜੋ ਬੈਂਕ ਵਾਲਾ ਫੀਚਰ ਹੋਊਗਾ ਜੋ ਕਿ ਰੀਡੀਮ ਵਾਲਾ ਆਪਸ਼ਨ ਹੋਵੇਗੀ ਜੋ ਕਿ ਮੈਂ ਤੁਹਾਨੂੰ ਦਿਖਾਉਣਾ ਹੁਣੀ ਰੀਡੀਮ ਪੁਆਇੰਟਸ ਤਾਂ ਆਹ ਫੀਚਰ ਹੈ ਜਿਵੇਂ ਆਹ ਦੇਖੋ ਆਹ ਵਾਲਾ ਫੀਚਰ ਗੈਟ ਕੈਸ਼ਬੈਕ ਇਹ ਫੀਚਰ ਤੁਹਾਡਾ ਲੌਕ ਹੋਵੇਗਾ ਜੀ ਇਸ ਨੂੰ ਅਨਲੌਕ ਕਰਨ ਲਈ ਤੁਹਾਨੂੰ ਇਸ ਐਪ ਦੇ ਵਿੱਚ ਤਿੰਨ ਪ੍ਰੋਡਕਟ ਸਕੈਨ ਕਰਨੇ ਪੈਣਗੇ ਉਹਨਾਂ ਦਾ QR ਕੋਡ ਸਕੈਨ ਕਰਨਾ ਪਵੇਗਾ ਜਿਵੇਂ ਕਿ ਮੈਂ ਪਹਿਲਾਂ ਇਸ ਦੇ ਉੱਪਰ ਊ ਲਾਲਾ ਦਾ ਪ੍ਰੋਡਕਟ ਸਕੈਨ ਕੀਤਾ ਫਿਰ ਤੋਂ ਇੱਕ ਹੋਰ ਪ੍ਰੋਡਕਟ ਸਕੈਨ ਕੀਤਾ ਅਤੇ ਤੀਜੇ ਤੇ ਜਾ ਕੇ ਮੈਂ ਉਹ ਫੀਚਰ ਅਨਲੌਕ ਕਰ ਲਿਆ ਜੀ ਅਤੇ ਉਸ ਤੋਂ ਬਾਅਦ ਮੈਂ ਇਸ ਤੋਂ ਆਪਣਾ ਰੀਡੀਮ ਲਾਇਆ ਅਤੇ ਆਪਣੀ ਬੈਂਕ ਦੇ ਵਿੱਚ ਉਹ ਜੋ ਪੁਆਇੰਟ ਸੀ ਉਹਨਾਂ ਦਾ ਅੱਧ ਕਰਕੇ ਕੈਸ਼ ਕਮਾਇਆ ਆ ਦੋਸਤੋ ਆ ਦੇਖੋ ਤੁਸੀਂ ਮੈਂ ਇਥੋਂ 100 ਪਹਿਲੇ ਪੁਆਇੰਟ ਕਢਾਈ ਅਤੇ ਮੈਨੂੰ 50 ਰੁਪਏ ਆਪਣੀ ਬੈਂਕ ਦੇ ਵਿੱਚ ਆ ਗਏ ਤੇ ਇਹ ਦੋਸਤੋ 7 ਦਿਨ ਮੈਕਸਿਮਮ 7 ਦਿਨ ਵੀ ਲੱਗ ਸਕਦੇ ਹਨ ਆਪਣੀ ਬੈਂਕ ਦੇ ਵਿੱਚ ਪੈਸੇ ਆਉਣ ਤੱਕ ਇਸ ਪ੍ਰਕਾਰ ਤੁਸੀਂ ਦੋਸਤੋ ਇਸ ਜੋ ਅਸੀਂ ਸਪਰੀ ਹਾਂ ਲਿਉਂਦੇ ਹਾਂ ਉਹਨਾਂ ਦੇ ਉੱਪਰ ਕੁਝ ਜੋ ਆਪਣਾ ਕੈਸ਼ਬੈਕ ਉਹ ਪ੍ਰਾਪਤ ਕਰ ਸਕਦੇ ਹੋ ਦੋਸਤੋ ਇਸ ਤੋਂ ਇਲਾਵਾ ਅਸੀਂ ਜਾਣਦੇ ਹਾਂ ਕਿ ਅਸੀਂ ਇਸ ਐਪ ਦੀ ਮਦਦ ਨਾਲ ਆਪਣੇ ਪ੍ਰੋਡਕਟ ਦੇ ਪਿੱਛੇ ਲੱਗਾ ਜੋ QR ਕੋਡ ਹੈ ਉਸ ਨੂੰ ਕਿਵੇਂ ਸਕੈਨ ਕਰਨਾ ਹੈ ਸਕੈਨ ਕਰਨੀ ਦੋਸਤੋ ਤੁਹਾਨੂੰ ਆਹ ਵਾਲੀ ਜੋ ਡੱਬੀ ਹੈ ਇਸ ਦੇ ਉੱਪਰ ਕਲਿੱਕ ਕਰਨਾ ਹੋਵੇਗਾ ਜਿਉਂ ਹੀ ਤੁਸੀਂ ਇਸ ਦੇ ਉੱਪਰ ਕਲਿੱਕ ਕਰੋਗੇ ਤਾਂ ਤੁਹਾਡਾ ਕੈਮਰਾ ਜਾਂ ਤਾਂ ਪਹਿਲਾਂ ਕੈਮਰੇ ਦੀ ਆਪਸ਼ਨ ਮੰਗੇਗਾ ਉਸ ਨੂੰ ਤੁਸੀਂ ਅਲਾਉ ਕਰ ਦੇਣਾ ਉਸ ਤੋਂ ਬਾਅਦ ਜੋ ਆਪਣੀ ਬੋਤਲ ਦੇ ਪਿੱਛੇ ਆਹ ਵਾਲਾ ਕੋਡ ਲੱਗਿਆ ਹੁੰਦਾ ਹੈ ਪ੍ਰੋਡਕਟ ਦੇ ਵੰਗਰ ਉਸ ਨੂੰ ਇਸ ਦੇ ਵਿੱਚ ਸਕੈਨ ਕਰਨਾ ਹੈ ਤਾਂ ਇਸ ਪ੍ਰਕਾਰ ਇਹ ਸਕੈਨ ਹੋ ਜਾਵੇਗਾ ਅਤੇ ਮੈਨੂੰ ਇਸ ਦੇ ਵੀ ਪੁਆਇੰਟ ਮਿਲ ਗਏ ਹਨ ਅਤੇ ਇਹ ਤੁਸੀਂ ਲਾਈਵ ਪ੍ਰੂਫ ਦੇਖ ਸਕਦੇ ਹੋ ਦੋਸਤੋ ਜੇਕਰ ਤੁਹਾਡੀ ਜੋ ਸਕੈਨ ਵਾਲੀ ਆਪਸ਼ਨ ਕੰਮ ਵੀ ਨਹੀਂ ਕਰਦੀ ਤਾਂ ਦੋਸਤੋ ਇਹ ਤੁਸੀਂ 바ਰ ਕੋਡ ਦੇ ਮਗਰ ਇੱਕ ਕੋਡ ਲੱਗਿਆ ਹੋਵੇਗਾ ਤਾਂ 23 ਸਕਿੰਟ ਦੀ ਵੇਟ ਕਰਕੇ ਜੋ ਆਹ ਆਪਸ਼ਨ ਆ ਰਹੀ ਹੈ 20 ਸਕਿੰਟ 19 ਸਕਿੰਟ ਇਸ ਦੀ ਵੇਟ ਕਰਕੇ ਦੋਸਤੋ ਇਸ ਤੋਂ ਬਾਅਦ ਇੱਥੇ ਇੱਕ ਡੱਬੀ ਨਮੀ ਬਣ ਜਾਵੇਗੀ ਜਿਸ ਦੇ ਵਿੱਚ ਅਸੀਂ ਆਹ ਨੰਬਰ ਜੋ ਲਿਖਿਆ ਹੋਇਆ ਹੈ ਆ ਨੰਬਰ ਤੁਸੀਂ ਦੇਖ ਸਕਦੇ ਹੋ ਦੋਸਤੋ ਇਸ ਨੰਬਰ ਨੂੰ ਵੀ ਤੁਸੀਂ ਭਰ ਕੇ ਆਪਣਾ ਜੋ ਪੁਆਇੰਟ ਹਨ ਉਹ ਹਾਸਲ ਕਰ ਸਕਦੇ ਹੋ ਇੱਕ ਵਾਰੀ ਤੁਹਾਨੂੰ ਟੈਸਟ ਵੀ ਕਰਕੇ ਦਿਖਾਉਨੇ ਆ ਆ ਦੇਖੋ ਦੋਸਤੋ ਆ ਡੱਬੀ ਆ ਗਈ ਇਸ ਡੱਬੀ ਦੇ ਵਿੱਚ ਅਸੀਂ ਆਪਣਾ ਜੋ ਮੈਂ ਤੁਹਾਨੂੰ ਕੋਡ ਦਿਖਾਇਆ ਸੀ ਇਹ ਵੀ ਭਰ ਕੇ ਅਸੀਂ ਇਹ ਇਸ ਤੋਂ ਪੁਆਇੰਟ ਹਾਸਲ ਕਰ ਸਕਦੇ ਆ ਹੁਣ ਜਾਣਦੇ ਆ ਦੋਸਤੋ ਅਸੀਂ ਇਸ ਐਪ ਤੋਂ ਜਿਹੜੇ ਪੁਆਇੰਟ ਕਮਾਏ ਹਨ ਜੇਕਰ ਤੁਸੀਂ ਉਸ ਨੂੰ ਕੈਸ਼ਬੈਕ ਕਰਨਾ ਚਾਹੁੰਦੇ ਹੋ ਰਿਡੀਮ ਕਰਨਾ ਚਾਹੁੰਦੇ ਹੋ ਉਹ ਕਿਵੇਂ ਕਰੋਗੇ ਤਾਂ ਜਿਵੇਂ ਕਿ ਆ ਡੱਬੀ ਆ ਰਹੀ ਹੈ ਰਿਡੀਮ ਵਾਲੀ ਇਸ ਦੇ ਉੱਪਰ ਤੁਸੀਂ ਕਲਿੱਕ ਕਰਨੀ ਕਲਿੱਕ ਕਰਨ ਤੋਂ ਬਾਅਦ ਤੁਸੀਂ ਗੈਟ ਕੈਸ਼ਬੈਕ ਵਾਲੀ ਯੂ ਗੈਟ ਕੈਸ਼ਬੈਕ ਵਾਲੀ ਜੋ ਆਪਸ਼ਨ ਹੈ ਜੋ ਆਹ ਵਾਲੀ ਹੈ ਇਸ ਦੇ ਉੱਪਰ ਕਲਿੱਕ ਕਰਨਾ ਹੈ ਜੇਕਰ ਤੁਸੀਂ ਇਸ ਨੂੰ ਅਨਲੌਕ ਕਰ ਲਿਆ ਤਾਂ ਇਸ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਦੋਸਤੋ ਤੁਸੀਂ ਜਿੰਨੇ ਪੁਆਇੰਟ ਟਰਾਂਸਫਰ ਕਰਨੇ ਚਾਹੁੰਦੇ ਬੈਂਕ ਦੇ ਵਿੱਚ ਉਹ ਤੁਸੀਂ ਕਰ ਸਕਦੇ ਹੋ ਅਤੇ ਟਰਾਂਸਫਰ ਇਨ ਬੈਂਕ ਆਹ ਵਾਲੀ ਆਪਸ਼ਨ ਹੈ ਇਸ ਦੇ ਉੱਪਰ ਦੋਸਤੋ ਕਲਿੱਕ ਕਰਕੇ ਤੁਸੀਂ ਇਹ ਸਾਰੇ ਜੋ ਆਪਣੇ ਪੁਆਇੰਟ ਹਨ ਉਹਨਾਂ ਨੂੰ ਕੈਸ਼ ਦੇ ਵਿੱਚ ਤਬਦੀਲ ਕਰ ਸਕਦੇ ਹੋ ਮੈਂ ਇਹ ਪੁਆਇੰਟਰ ਤਬਦੀਲ ਨਹੀਂ ਕਰ ਰਿਹਾ ਕਿਉਂਕਿ ਮੈਨੂੰ ਫੜੇ ਟਰਾਂਸਫਰ ਦੀ ਲੋੜ ਨਹੀਂ ਹੈ ਇਸ ਲਈ ਮੈਂ ਇਸ ਨੂੰ ਡਿਸਕਾਰਡ ਕਰ ਰਿਹਾ ਇਸ ਤੋਂ ਬਾਅਦ ਦੋਸਤੋ ਗੱਲ ਕਰਦੇ ਹਾਂ ਇਨਾ ਪੁਆਇੰਟ ਦੀ ਮਦਦ ਨਾਲ ਅਸੀਂ ਸਪਰੇਅ ਦੀ ਬੁਕਿੰਗ ਕਿਵੇਂ ਕਰ ਸਕਦੇ ਹਾਂ ਸਪਰੇਅ ਦੀ ਬੁਕਿੰਗ ਕਰਨ ਲਈ ਦੋਸਤੋ ਸਾਨੂੰ ਪਹਿਲੀ ਆਪਸ਼ਨ ਸਪਰੇਅ ਸਰਵਿਸ ਇਸ ਦੇ ਉੱਪਰ ਕਲਿੱਕ ਕਰਨਾ ਹੋਵੇਗਾ ਇਸ ਦੇ ਉੱਪਰ ਕਲਿੱਕ ਕਰਨ ਲਈ ਕਰਨ ਤੋਂ ਬਾਅਦ ਦੋਸਤੋ ਤੁਹਾਨੂੰ ਡੇਟ ਸਿਲੈਕਟ ਕਰਨੀ ਹੋਵੇਗੀ ਜਿਸ ਡੇਟ ਤੇ ਤੁਸੀਂ ਸਪਰੇਅ ਦੀ ਬੁਕਿੰਗ ਕਰਨੀ ਚਾਹੁੰਦੇ ਹੋ ਜਿਵੇਂ ਮੰਨ ਲਓ 9 ਤਰੀਕ ਨੂੰ एग्जांपल ਦੇ ਤੌਰ ਤੇ ਆਪਾਂ ਮੰਨ ਲੈਨੇ ਆ ਇਸ ਦੇ ਉੱਪਰ ਆਪਾਂ ਸਪਰੇਅ ਦੀ ਬੁਕਿੰਗ ਕਰਨੀ ਚਾਹੁੰਦੇ ਆ ਤਾਂ 9 ਡੇਟ ਦੇ ਉੱਪਰ ਕਲਿੱਕ ਕਰਕੇ ਦੋਸਤੋ ਆਪਾਂ ਨੂੰ ਜੋ ਡੇਟ ਹੈ ਇਸ ਨੂੰ ਕਨਫਰਮ ਕਰ ਦੇਣਾ ਅਤੇ ਆਪਾਂ ਇਸ ਦੇ ਵਿੱਚ ਦੋਸਤੋ ਇਸ ਦੇ ਪੁਆਇੰਟ ਲੱਗਦੇ ਹਨ ਜਿਵੇਂ ਹੁਣ 272 ਪੁਆਇੰਟ ਲੱਗੇ ਤਾਂ ਇਹ ਦੇਨੇ ਪੈਣਗੇ ਅਤੇ ਅਸੀਂ ਇਸ ਪ੍ਰਕਾਰ ਆਪਣੀ ਜੋ ਸਪਰੇਅ ਵਾਲੀ ਸਰਵਿਸ ਹੈ ਉਸ ਨੂੰ ਬੁੱਕ ਕਰਕੇ ਉਸ ਤੋਂ ਬਾਅਦ ਸਾਨੂੰ ਖੂਬ ਅਲੱਗ ਤੋਂ 100 ਰੁਪਏ ਦੇਣੇ ਪਵੇਗਾ ਇਸ ਨਾਲ ਆਪਣੀ ਜੋ ਸਪਰੇਅ ਦਾ ਕੰਮ ਹੈ ਉਹ ਹੋ ਜਾਵੇਗਾ ਤੇ ਮੈਂ ਇਹ ਵੀ ਆਪਣਾ ਜੋ ਸਪਰੇਅ ਵਾਲੀ ਸਰਵਿਸ ਹੈ ਇਸ ਨੂੰ ਵੀ ਕੈਂਸਲ ਕਰਨਾ ਕਿਉਂਕਿ ਦੋਸਤੋ ਮੈਨੂੰ ਹਜੇ ਲੋੜ ਨਹੀਂ ਹੈ ਇਸ ਪ੍ਰਕਾਰ ਤੁਸੀਂ ਇਸ ਐਪ ਤੋਂ ਇਹ ਲਾਹੇ ਲੈ ਸਕਦੇ ਹੋ ਉਮੀਦ ਹੈ ਦੋਸਤੋ ਮੈਨੂੰ ਵੀ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਅਤੇ ਤੁਹਾਨੂੰ ਇਸ ਐਪ ਦੇ ਬਾਰੇ ਜੋ ਮੈਂ ਤੁਹਾਨੂੰ ਜਾਣਕਾਰੀ ਪਹੁੰਚਾਉਣੀ ਸੀ ਉਹ ਸਮਝ ਆ ਗਈ ਹੋਵੇਗੀ ਦੋਸਤੋ ਇਸ ਤੋਂ ਇਲਾਵਾ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੋਵੇ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ ਆਪਣੀ ਇਸ ਪ੍ਰਕਾਰ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਜੇ ਤੇ ਨਾਲ ਲੱਗਾ ਬੈਲ ਦਾ ਬਟਨ ਨੂੰ ਪ੍ਰੈਸ ਕਰ ਲਓ ਤਾਂ ਦੋਸਤੋ ਮੈਂ ਮਿਲੂੰਗਾ ਤੁਹਾਨੂੰ ਆਪਣੀ ਜਲਦ ਕਿਸੇ ਨਵੇਂ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਜੁੜਨ ਲਈ ਤੁਹਾਡਾ ਧੰਨਵਾਦੀ